अमृतसर के IDH मार्केट में दुकान नंबर 1 में दुकान में ही काम करने वाले दो युवकों का आपस में झगड़ा हो गया और राहुल नाम के युवक ने किशन नाम के युवक पर चाकू से हमला कर दिया। दुकान की यह घटना CCTV में कैद हो गई। पुलिस ने मामले की जांच शुरू कर दी है। अमृतसर के IDH मार्केट में दुकान नंबर 1 में काम करने वाले राहुल और किशन की किसी बात को लेकर कहासुनी हो गई। घटना सुबह की है, जब किशन दुकान में काम कर रहा था तो राहुल इससे मजाक करने लगा, लेकिन किशन ने उसे मजाक करने से मना किया तो राहुल ने उसे गालियां दे दी, जिसके बाद दोनों युवकों में झगड़ा बढ़ गया और राहुल ने किशन के ऊपर चाकू से हमला कर दिया। लड़ाई की यह घटना दुकान के अंदर लगे CCTV में कैद हो गई। दूसरी तरफ दुकान के मालिक का कहना है कि सुबह जब दुकान खोली तो दोनों युवक आपस में मजाक कर रहे थे, उसके बाद दोनों में झगड़ा बढ़ गया और राहुल ने किशन पर चाकू से हमला कर दिया। घायल किशन को हॉस्पिटल में दाखिल करवाया गया है। पुलिस ने मौके पर जाकर जांच शुरू कर दी है। मेडिकल रिपोर्ट आने के बाद जो भी बनती है कार्रवाई की जाएगी। ਬੰਡੀ ਕਿਸ ਚੀਜ਼ ਦਾ ਕੰਮ ਤੁਹਾਡਾ ਦਾ ਜਿਸ ਟਾਈਟਲ ਦਾ ਕੰਮ ਆਈ ਗਿਆ ਫਰਾਂਸ ਦੇ ਇਹਦਾ ਮੁੰਡਾ ਪਲਾਈ ਲੱਗਾ ਤੁਹਾਡਾ ਦੋਨੋਂ ਹੀ ਪਲਾਈ ਹੈ ਦੋਨੋਂ ਪਲਾਈ ਹੈ ਕੀ ਨਾਂ ਆ ਕੀ ਨਾਂ ਕੀ ਦੋਵਾਂ ਦੇ ਇੱਕ ਦਾ ਨਾਂ ਪ੍ਰੇਮ ਹੈ ਦੂਜੇ ਦਾ ਨਾਂ ਰਾਹੁਲ ਹੈ ਜਿਹਨੇ ਮਾਰਿਆ ਉਹਦਾ ਕੀ ਨਾਂ ਆ ਜਿਹਨੇ ਮਾਰਿਆ ਉਹ ਰਾਹੁਲ ਹੂੰ ਕੀ ਆਪਸ ਕੀ ਦਾ ਰੱਜੇ ਫਾਜ਼ੀ ਨਾਂ ਦੀ ਫਾਜ਼ੀ ਦਾ ਬਾਰੇ ਤੋਂ ਹੀ ਦੱਸ ਸਕਦੇ ਨਾ ਹੂੰ ਮੈਂ ਤਾਂ ਕੋਈ ਦੱਸ ਨਹੀਂ ਸਕਦਾ ਤੁਹਾਡੀ ਦੁਕਾਨ ਤੇ ਉਹਨਾਂ ਦਾ ਕੋਈ ਮਜ਼ਾਕ ਚੱਲਿਆ ਜਾਂ ਕੁਝ ਹੋਇਆ ਕਿਉਂਕਿ ਕੱਲ ਤੱਕ ਤੇ ਕੋਈ ਇਹੋ ਜਿਹੀ ਕੋਈ ਗੱਲ ਹੈ ਵੀ ਨਹੀਂ ਅੱਜ ਹੀ ਹੋਇਆ ਜੋ ਵੀ ਹੈ गलती की ਕਿਹੜੀ ਦੁਕਾਨ ਕੰਮ ਕਰਦਾ ਇਹ ਇੱਕ ਨੰਬਰ ਸ਼ਾਪ ਤੇ ਏਸ਼ੀਆ ਨਾਂ ਹੈਗਾ ਜੀ ਆਈਡੀਆ ਮਾਰਕੀਟ ਕੀ ਗੱਲ ਹੋਈ ਤੇਰੇ ਨਾਲ ਮੇਰੇ ਨਾਲ ਗੱਲ ਹੋਈ ਮੈਂ ਦੁਕਾਨ ਹਲੇ ਆਇਆ ਹੀ ਆ ਦੁਕਾਨ ਖੋਲਦਾ ਪਿਆ ਸਫਾਈ ਕਰਦਾ ਪਿਆ ਤੇ ਉੱਥੇ ਹੀ ਮੁੰਡਾ ਲੱਗਾ ਹੈਗਾ ਤੇ ਉੱਥੇ ਹੀ ਨਾ ਉਹ ਸਫਾਈ ਕਰਦਾ ਪਿਆ ਸੀ ਮੈਂ ਤੇ ਉਹ ਸ਼ੇਰਖਾਨੀ ਲੈ ਜਾਵੇ ਉਹ ਗਲਤ ਗੱਲਾਂ ਕਰੀ ਜਾਂਦਾ ਪਿਆ ਇਸ ਵੇਲੇ ਸਵੇਰੇ ਮੈਂ ਕਿਹਾ ਮਜ਼ਾਕ ਨਾ ਕਰ ਨਾ ਕਰ ਉਹਨੇ ਇੰਜ ਬੜੀ ਬੜੀ ਸਮਝਾਇਆ ਮੈਂ ਹੋਰ ਮੁੰਡੇ ਨੇ ਵੀ ਸਮਝਾਇਆ ਕਿ ਮਜ਼ਾਕ ਨਾ ਕਰ ਤੇ ਉਹਨੇ ਨਾ ਮੈਨੂੰ ਨਜਾਇਜ਼ ਜੀ ਗਾਲ ਕਰਦੀ ਬਹੁਤ ਗੰਦੀ ਗੱਲ ਕਿਹੜਾ ਮੁੰਡਾ ਕੀ ਨਾਂ ਦਾ ਉਹਦਾ ਨਾਂ ਨਾ ਉਹ ਭਾਈ ਨੂੰ ਪਤਾ ਹੈ राहुल नाग है जी। अच्छा। मैं जो एक काम उन्हें गाल कटी मैनू बहुत गंदी गाल कटी मैं झाड़ू मारता उन्हें ना मैनू ब्लेड चाकू पहनता वो फड़ के मारन आया मैनू मैं बचाने की कोशिश की मैं क्या शेरखानी ना लै उन्हें सच्ची मुच्छी मारता बड़ी तेज मारी ना ही सारा खुल जाएगा किन्ने जने सी एक जना ही तो बाद मार के भर गए नहीं वो फिर उठे आप मुंडिया ने समझाया उन्होंने फड़िया ਤੇ ਆਪਾਂ ਪੱਟੀ ਕਰਾਣ ਆ ਗਏ ਨਾ ਦੁਕਾਨ ਤਾਂ ਲੱਗਾ ਕਿ ਮੈਂ CCTV ਕੈਮਰਾ ਲਗਾਵਾਂ ਇਹ ਉਸ ਵੇਲੇ ਮੇਰੇ ਖਿਆਲ ਨਾਲ ਲੱਗਾ ਤੇ ਹੋਇਆ ਚਾਲੂ ਨਹੀਂ ਕੀਤਾ ਉਹਨਾਂ ਨੇ ਕੀ ਮੰਗ ਕੀ ਕਰਦੇ ਹੋ ਹਾਂਜੀ ਕੀ ਮੰਗ ਕਰਦੇ ਖਿਲਾਫ ਇਹਦੇ ਇਹਦੇ ਖਿਲਾਫ ਭਈ ਨੇ ਗਲਤ ਮਾਰਿਆ ਨਜਾਇਜ਼ ਮਾਰਿਆ ਜੀ ਤੇ ਗਲਤੀ ਕੋਈ ਨਹੀਂ ਹੈਗੀ ਮੇਰੀ ਤੇ ਗਲਤ ਕੰਮ ਕੀਤਾ ਇਹਨੇ ਬਹੁਤ ਜ਼ਿਆਦਾ ਠੀਕ ਹੈ ਹੋਇਆ ਆਪਣਾ ਬੱਸ ਸਟੈਂਡ 1 ਨੰਬਰ ਦੁਕਾਨ ਦੇ ਉੱਤੇ ਉਹਦੇ ਬਾਰੇ ਤੁਹਾਨੂੰ ਪੁੱਛਣਾ ਹੈ ਹਾਂਜੀ ਦੱਸੋ ਉਹ ਅੱਜ ਸਵੇਰੇ ਕੋਈ 11:30 ਵਜੇ ਦੀ ਗੱਲ ਆ ਪ੍ਰੇਮ ਕੁਮਾਰ ਨਾਂ ਦਾ ਲੜਕਾ ਇੱਥੇ ਆਇਆ ਜਖਮੀ ਹਾਲਤ 'ਚ ਜਿਹਨੇ ਦੱਸਿਆ ਵੀ ਸਾਡਾ ਤੁਸੀਂ ਆਪਸ ਵਿੱਚ ਰਜਿਸਟਰ ਤੇ ਤਕਰਾਰ ਹੋਇਆ ਤੇ ਜਿਹਨੂੰ ਕੋਈ ਉਹਦੇ ਨਾਲ ਰਾਹੁਲ ਮੁੰਡਾ ਕੰਮ ਕਰਦਾ ਦੁਕਾਨ 'ਤੇ ਉਹਨੇ ਕੋਈ ਕਈ ਤਾਂ ਹਥਿਆਰ ਮਾਰਿਆ ਸੀ ਜਿਹਦੇ ਨਾਲ ਉਹ ਜਖਮੀ ਹੋ ਗਿਆ ਉਹਨੂੰ ਡਾਕਟਰ ਕੱਟ ਕੇ ਅਤੇ ਜਵਾਨ ਨਾਲ ਭੇਜਿਆ ਵਾ ਮੈਡੀਕਲ ਵਾਸਤੇ ਰਿਪੋਰਟਾਂ ਸੁਣਦੀ ਹੈ ਜਿਹੜੀ ਰਿਪੋਰਟਾਂ ਹੀ ਅਸੀਂ ਕਰ ਕਿਹੜੀ ਕਿਹੜੀ ਧਾਰਾ ਲੱਗ ਚੁੱਕੀ ਹੈ ਸਰ ਉਹ ਰਿਪੋਰਟ ਆਉਣ ਤੋਂ ਬਾਅਦ ਹੀ ਵੇਖਿਆ ਜਾਏਗਾ ਤਸਦੀਕ ਕੀਤੀ ਤੇ CCTV ਕੈਮਰੇ ਫੋਟੋ ਕੋਈ ਲੱਭੀ ਹੋਵੇ ਤੇ ਕਰ ਰਹੇ ਤਸਦੀਕ ਬਾਅਦ ਤਸਦੀਕ ਜੈਸੀ ਸੂਰਤ ਹੋਈ ਅਸੀਂ ਕਰ ਰਹੇ ਹਾਂ ਠੀਕ ਹੈ